ब्रह्मादक संकार से खुदों कहो न जाए अधो गया नहीं पूर सर्ग रहो समाए जय करती सनक दया हर गुरु नानक जिन परसे ओ हर गुरु नानक जिन परसे ओ Yeah.
सब जगत में
Yeah.
बाबा पैर धरे जिथे बाबा पैर धरे पूजा आसन थापण सा पूजा आसन थापण सा Thank you.
सुखन मूर्त सपना करी एक संजय नाल पिया दुख संताप न लग गए जिस हर का नाम अधार महा पकड़ गुर कड़या सोवी पुतलिया पा चार सुभा पूरा भेटो बड़ भागी मन भया पर दसा मने पूरा भेटो बड़ भागी क्यों कर सूरज निकले तारे छपे अदे पलोवा सतगुर नानक प्रगटया मिट्टी धुंध जग जानण होवा ज्यों कर सूरज निकलिया तारे छपे अंधेर पलोवा सिंह बुके मृगा बलि भन्नी जाए नतीर करोवा सिंह बुके में गावली बन्नी जाए नतीर करोवा किचे बाबा पैर करे पूजा आसन तापन सुवा किचे बाबा पैर करे साहेब नंद पातशाह महाराज जी पावन प्रकाश दिहाड़े की खुशी में जुड़ बैठी सन्मान योग सात संगत जी मैं एक बार थोड़े को याचना कर लगा वाहेगुरु जी का मैं बीच में चलने पते पता क्यों बुलाई एक पंक्ति में जी बार बार पढ़ रहे हैं मैं चाहता भी तुम भी याद करो मैं देखना चाहता सा जी नहीं जोर की पते बुला रहे हो नहीं जोर की पंक्ति पढ़ोगे बस मैं थोड़ी जी मिनट थोड़े होर लेने समाप्ति कर लेनी है ये सारे मिलकर पढ़ने की कृपालता करना दो चार मिनट थोड़े होर मैं थोड़े नाल कुछ अखर साझी करके समाप्ति करांगा जिच्छे बाबा पैर धरे जिच्छे बाबा पैर धरे पूजा आसन चापन सोवा बाबा पैर धरे जित
ਪਿੱਛੇ ਜਾਣ ਰਹੇ ਮੇਰਾ ਸਤਿਗੁਰੂ ਸੋ ਥਾਨ ਸੁਭਾਵਾ ਰਾਮ ਰਾਜੇ ਸੋ ਯਾਦਗਾਰੀ ਸਥਾਨ ਗੁਰਸਿੱਖ ਪਿਆਰਿਆਂ ਨੇ ਭਾਨਣ ਵਾਲਿਆਂ ਨੇ ਇਤਿਹਾਸਕਾਰਾਂ ਨੇ ਖੋਜੀ ਲੋਕਾਂ ਨੇ ਪਾਰ ਪਾਰ ਕੇ ਲੱਭ ਲੱਭ ਕੇ ਉਹ ਸਥਾਨ ਨਿਯਤ ਕੀਤੇ ਨੇ ਵੀ ਇੱਥੇ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਗਏ ਨੇ। ਮੈਂ ਤੁਹਾਡੇ ਨਾਲ ਇੱਕ ਦੋ ਐਸੀ ਜਗ੍ਹਾ ਦੀ ਥਾਂ ਥਾਵਾਂ ਦੀ ਸਾਂਝ ਪਾਉਣ ਲੱਗਾ। ਸ਼ਿਲਾਂਗ ਦੇ ਵਿੱਚ ਅਸਾਮ ਦੇ ਇਲਾਕੇ ਅੰਦਰ ਜਿਹੜੇ ਲੋਕ ਇਹਨਾਂ ਨੂੰ ਜ਼ਿਆਦਾ ਉਸਦੀ ਆਬਾਦੀ ਨੇ, ਇੱਕ ਜਗ੍ਹਾ ਦਾ ਨਾਮ ਜੀ ਚਿਟਾਗਾਂਗ। ਆਰਮੀ 'ਚ ਰਹਿਣ ਵਾਲੇ ਲੋਕ ਜਿਹੜੇ ਇਹਨਾਂ ਜ਼ਿਆਦਾ ਜਾਣਦੇ ਨੇ ਕਿਉਂਕਿ ਥਾਂ ਥਾਂ ਪੋਸਟਿੰਗ ਹੁੰਦੀ ਰਹਿੰਦੀ ਹੈ। ਸ਼ਿਲਾਂਗ ਤੋਂ ਕਾਫੀ ਮੀਲ ਅੱਗੇ ਲੱਗ ਚਿਟਾਗਾਂਗ ਨਾਮ ਦੀ ਇੱਕ ਜਗ੍ਹਾ, ਉੱਥੇ ਦੇ ਲੋਕ ਹਿੰਦੀ ਪੰਜਾਬੀ ਕੁਛ ਨਹੀਂ ਜਾਣਦੇ। ਬਸ ਇੱਕ ਉੱਥੇ ਸਿੱਲ ਪਈ ਹੋਈ ਹੈ, ਬਹੁਤ ਸਾਰਾ ਵੱਡਾ ਪੱਥਰ ਪਿਆ ਹੋਇਆ, ਕੁਝ ਅੱਖਰ ਉਹਦੇ ਉੱਤੇ ਉਭਰੇ ਹੋਏ ਨੇ। ਉਹ ਲੋਕ ਉੱਥੇ ਦੇ ਵਸਨੀਕ ਜਿਹੜੇ ਨੇ ਨਾ ਉਹ ਆਉਂਦੇ ਨੇ, ਉਸ ਥਾਂ ਦੀ ਪਰਿਕਰਮਾ ਕਰਦੇ ਨੇ, ਮੱਥਾ ਟੇਕਦੇ ਨੇ ਤੇ ਚਲੇ ਜਾਂਦੇ ਨੇ। ਫੌਜੀ ਜਵਾਨ ਉੱਥੇ ਪੋਸਟਿੰਗ ਤੇ ਸਨ, ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਦੱਸੋ ਤਾਂ ਸਹੀ ਵੀ ਤੁਸੀਂ ਆਖਰ ਇਸ ਥਾਂ ਦੇ ਉੱਤੇ ਕਿਉਂ ਆਉਂਦੇ ਹੋ, ਕੀ ਕਰਦੇ ਹੋ ਤੁਸੀਂ, ਕੋਈ ਮੰਦਿਰ ਮਸਜਿਦ ਨਹੀਂ ਦਿਸਦਾ, ਕੋਈ ਠਾਕਰ ਦੁਆਰਾ ਨਜ਼ਰ ਨਹੀਂ ਆਉਂਦਾ, ਕੁਛ ਵੀ ਪੂਜਣ ਦੀ ਥਾਂ ਦਿਸਦੀ ਨਜ਼ਰ ਨਹੀਂ ਆਉਂਦੀ, ਆਖਰ ਤੁਸੀਂ ਕਿਸ ਨੂੰ ਮੱਥਾ ਟੇਕਦੇ ਹੋ। ਤਾਂ ਉਹਨਾਂ ਦਾ ਜਵਾਬ ਸੀ ਕਿਉਂਕਿ ਉਹ ਲਫ਼ਜ਼ ਵਰਤਦੇ ਸਨ ਜਦੋਂ ਉੱਥੇ ਫੇਰੀ ਲੈਂਦੇ ਸਨ ਨਾ, ਗੜਬੜ ਕਰਦੇ ਸਨ, ਬਾਬਾ ਨਾਮ ਬਾਬਾ ਨਾਮ ਤਸਦੀਕ ਕਰਨਾ ਚਾਹੁੰਦੇ ਸਨ ਫੌਜੀ ਜਵਾਨ ਇਸ ਗੱਲ ਦੀ ਵੀ ਇਹ ਵਾਕਈ ਸੀ ਉਸੇ ਬਾਬੇ ਨਾਨਕ ਦੀ ਗੱਲ ਕਰਦੇ ਨੇ ਜਿਹੜਾ ਜਿਸ ਬਾਬੇ ਨਾਨਕ ਦੇ ਅਸੀਂ ਅਨੁਯਾਈ ਹਾਂ, ਜਿਸ ਬਾਬੇ ਨਾਨਕ ਨੂੰ ਅਸੀਂ ਆਪਣਾ ਮੰਨ ਕੇ ਤੁਰੇ ਹੋਏ ਹਾਂ। ਅਸੀਂ ਆਪਣਾ ਮੰਨ ਕੇ ਤੁਰੇ ਹੋਏ ਹਾਂ ਪਰ ਬਾਬਾ ਨਾਨਕ ਸਭ ਦਾ ਸਾਂਝਾ, ਸਾਡਾ ਕਲਿਆਂ ਦਾ ਨਹੀਂ, ਇਹ ਯਾਦ ਰੱਖਣਾ। ਬਾਬਾ ਨਾਨਕ ਸਭ ਦੁਨੀਆਂ ਦਾ ਸੰਤ ਹੈ ਤੇ ਸਤਿਗੁਰ ਗਰੀਬ ਨਵਾਜ ਪਾਤਸ਼ਾਹ ਜੀ ਦੀ ਇਸ ਗੱਲ ਨੂੰ ਤਸਦੀਕ ਕਰਨ ਵਾਸਤੇ ਉਹਨਾਂ ਨੇ ਜਦੋਂ ਪੁੱਛਿਆ ਤੇ ਉਹਨਾਂ ਆਖਿਆ ਹਾਂ, ਇੱਥੇ ਬਾਬਾ ਨਾਨਕ ਆਇਆ ਸੀ ਇਸ ਸਥਾਨ ਦੇ ਉੱਤੇ, ਉਹਨਾਂ ਨੇ ਬੈਠ ਕੇ ਕੁਛ ਸਮਾਂ ਗੁਜ਼ਾਰਿਆ, ਸਾਡੇ ਬਜ਼ੁਰਗਾਂ ਨੇ ਸੀਨਾ ਪਸੀਨਾ ਸਾਨੂੰ ਦੱਸਦੇ ਚਲੇ ਆ ਰਹੇ ਨੇ, ਅਸੀਂ ਇਸ ਸਥਾਨ ਨੂੰ ਉਸੇ ਅਦਬ ਦੇ ਨਾਲ ਉਸੇ ਸਤਿਕਾਰ ਦੇ ਨਾਲ ਨਮਸਕਾਰ ਕਰਦੇ ਹਾਂ। ਪਾਤਸ਼ਾਹ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਪੰਗਤੀ ਜਿਹੜੀ ਮੈਂ ਤੁਹਾਡੇ ਨਾਲ ਮਿਲ ਕੇ ਸਾਰਿਆਂ ਨਾਲ ਪੜ੍ਹ ਰਿਹਾ ਸਾਂ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਤੇ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬਲੋਵਾ। ਇਸੇ ਪੌੜੀ ਦੇ ਅੰਦਰ ਅੱਗੇ ਜਾ ਕੇ ਇਹ ਅੱਖਰ ਉਕਰੇ ਹੋਏ ਨੇ ਪਾਤਸ਼ਾਹ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਜਿਸ ਜਹਾਂ ਜਗ੍ਹਾ ਦੇ ਉੱਤੇ ਵੀ ਬਾਬਾ ਨਾਨਕ ਆਪਣਾ ਪੈਰ ਕਰਦਾ ਉਹ ਜਗ੍ਹਾ ਪੂਜਣ ਯੋਗ ਹੋ ਜਾਂਦੀ ਹੈ। ਮੈਂ ਤੁਹਾਡੇ ਨਾਲ ਜਿਹੜੀ ਬੇਨਤੀ ਕੀਤੀ ਹੈ ਨਾ ਵੀ ਅਸੀਂ ਸੋਚਦੇ ਹਾਂ ਵੀ ਸਾਡਾ ਬਾਬਾ ਨਾਨਕ ਹੈ, ਅਸੀਂ ਸੋਚਦੇ ਹਾਂ, ਪਰ ਇਹ ਸਾਡੀ ਸੋਚ ਬਹੁਤੀ ਚੰਗੀ ਨਹੀਂ। ਬਾਬਾ ਨਾਨਕ ਸਭ ਦੁਨੀਆਂ ਦਾ ਸਾਂਝਾ, ਅਸੀਂ ਇਸ ਗੱਲ ਦਾ ਜ਼ਰੂਰ ਮਾਣ ਕਰ ਸਕਦੇ ਹਾਂ ਵੀ ਸਾਨੂੰ ਇਸ ਬਾਬੇ ਨਾਨਕ ਦੀ ਕੁੱਲ ਵਿੱਚ ਪੈਦਾ ਹੋਣ ਦਾ ਅਵਸਰ ਮਿਲੇ, ਇਸ ਗੱਲ ਦਾ ਮਾਣ ਜ਼ਰੂਰ ਕਰ ਸਕਦੇ। ਉਹ ਵੀ ਮਾਣ ਤਾਂ ਕਰ ਸਕਦੇ ਹਾਂ ਜੇ ਅਸੀਂ ਬਾਬੇ ਨਾਨਕ ਦੇ ਪੈਰੋਕਾਰ ਹੋ ਗਏ, ਨਹੀਂ ਤਾਂ ਝੂਠਾ ਮਾਣ ਹੋਵੇਗਾ ਤੇ ਮਾਣ ਵੀ ਝੂਠਾ ਹੋਵੇਗਾ। ਮੈਂ ਦੂਸਰੀ ਇੱਕ ਤੁਹਾਡੇ ਨਾਲ ਮੈਂ ਪਹਿਲਾਂ ਬਹੁਤ ਪਹਿਲਾਂ ਇੱਕ ਪਰੇਸ਼ਾਨੀ ਕੀਤੀ ਸੀ, ਅਸੀਂ ਸੋਚਦੇ ਹਾਂ
ਵੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ, ਅਸੀਂ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਦੇ ਹਾਂ, ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਅਸੀਂ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਕਰਦੇ ਹਾਂ, ਸਾਡੇ ਤੋਂ ਵੱਧ ਕੋਈ ਨਹੀਂ ਕਰ ਸਕਦਾ। ਮੈਨੂੰ ਪੁੱਛੇ ਤੇ ਮੈਂ ਤਾਂ ਇਹੀ ਆਖਾਂਗਾ ਵੀ ਮੈਂ ਕਰਦੀ ਹਾਂ ਕਿ ਮੈਂ ਤਾਂ ਸਭ ਤੋਂ ਜ਼ਿਆਦਾ ਮੈਂ ਕਰਦਾ, ਪਰ ਸਿੱਖ ਇਹ ਆਖਣਗੇ ਜਿਸ ਮੁੜ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ, ਜਿੱਥੇ ਪ੍ਰਕਾਸ਼ ਆਖਰੀ ਕੋਈ ਮੁਰਖ ਸੀ ਸੁਣ, ਲੋਕ ਮੁਰਖ ਹੈ ਨਹੀਂ ਸੀ, ਪਰ ਉਸ ਮੁਰਖ ਦੇ ਅੰਦਰ ਤੁਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਨੋਰਥ ਨੂੰ ਕਿਤਨਾ ਤੁਹਾਡੇ ਸਾਹਮਣੇ ਤੁਸੀਂ ਮੀਡੀਆ ਰਾਹੀਂ ਕਿਤੇ ਵੇਖ ਸਕਦੇ ਹੋ ਵੀ ਮੀਡੀਆ ਕਿਤਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਯਾਦ ਕਰਦਾ, ਕਿਉਂਕਿ ਅੱਜ ਯੁੱਗ ਮੀਡੀਆ ਦਾ, ਕੇਵਲ ਸਿੱਖ ਚੈਨਲਾਂ ਤੋਂ ਇਲਾਵਾ ਹੋਰ ਕਿਤਨੇ ਕੁ ਲੋਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਦੇ ਨੇ। ਸਿੱਖ ਚੈਨਲ ਨੂੰ ਜ਼ਿਕਰ ਨਹੀਂ ਕਰਨਾ, ਜਿਹੜੇ ਸਿੱਖ ਚੈਨਲ ਨੇ ਗੁਰਦੁਆਰਿਆਂ ਵਾਲਿਆਂ ਨੇ ਕਰਨਾ, ਸਿੱਖ ਚੈਨਲ ਜਿਹੜੇ ਨੇ ਉਹਨਾਂ ਦੇ ਬਾਬੇ ਨਾਲ ਗੁਣਗਾਣੇ, ਪਰ ਉਸ ਤੋਂ ਇਲਾਵਾ ਹਿੰਦੁਸਤਾਨ ਦੇ ਅੰਦਰ ਕਿਤਨੇ ਕੁ ਲੋਕ ਨੇ, ਕਿਤਨੇ ਕੁ ਮੀਡੀਆ ਵਾਲਿਆਂ ਨੇ ਜਿਹੜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਉੱਤੇ ਜਾਂ ਗੁਰੂ ਨਾਨਕ ਸਾਹਿਬ ਜੀ ਫਲਾਸੀ ਦੇ ਬਾਰੇ ਗੱਲ ਕਰਦੇ, ਤੁਹਾਨੂੰ ਸਮਝ ਆ ਜਾਏਗੀ, ਸਾਰਿਆਂ ਨੂੰ ਪਤਾ ਲੱਗ ਜਾਏਗਾ ਵੀ ਅਸੀਂ ਕਿਤਨੇ ਕੁ ਮੰਨਦੇ ਹਾਂ। ਪਰ ਮੈਂ ਤੁਹਾਨੂੰ ਉਹਨਾਂ ਦੀ ਗੱਲ ਕਰਨ ਲੱਗਾ ਨੇਪਾਲ ਦੇ ਅੰਦਰ, ਨਾਲ ਗੁਆਂਢੀ ਮੁਲਕ ਹੈ, ਉਸ ਮੁਲਕ ਦੇ ਅੰਦਰ ਜਿਹੜੇ ਕਰੰਸੀ ਨੋਟ ਨੇ ਨਾ, ਕਰੰਸੀ ਨੋਟ, ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਗਏ ਨੇ ਨੇਪਾਲ ਵਿੱਚ, ਤੇ ਨੇਪਾਲ ਦੇ ਵਿੱਚ ਇੱਕ ਅਸਥਾਨ ਉੱਥੇ ਐਸਾ ਮੰਨਿਆ ਜਾਂਦਾ ਵੀ ਇਸ ਅਸਥਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬੈਠੇ ਨੇ, ਉਹਨਾਂ ਦੀਆਂ ਕੜਾਵਾਂ ਦੇ ਜਾਂ ਪੈਰਾਂ ਦੇ ਨਿਸ਼ਾਨ, ਜਿਸ ਤਰ੍ਹਾਂ ਪੰਜਾਬ ਸਾਹਿਬ ਦੇ ਨਿਸ਼ਾਨ ਤੁਹਾਨੂੰ ਪ੍ਰਾਪਤ ਹੁੰਦੇ ਨੇ, ਇਸੇ ਤਰ੍ਹਾਂ ਉੱਥੇ ਵੀ ਉਹਨਾਂ ਨੇ ਨਿਸ਼ਾਨ ਕਾਇਮ ਕੀਤੇ ਹੋਏ ਸਨ। ਤੇ ਉਹਨਾਂ ਨੇ ਉਸ ਮਨੋਤ ਨੂੰ ਵੀ ਸਾਡੇ ਇਸ ਇਲਾਕੇ ਦੇ ਵਿੱਚ, ਸਾਡੇ ਇਸ ਦੇਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ ਹੈ ਔਰ ਉਹਨਾਂ ਦੀ ਕਿਰਪਾ ਹੋਈ ਹੈ, ਉਹਨਾਂ ਦੀ ਮਿਹਰ ਹੋਈ ਹੈ, ਤੁਸੀਂ ਹੈਰਾਨ ਹੋਵੋਗੇ, ਸਭ ਦੁਨੀਆਂ ਭਰ ਦੇ ਉੱਤੇ ਅੰਗਰੇਜ਼ ਨੇ ਰਾਜ ਕੀਤਾ, ਤੁਸੀਂ ਪੜ੍ਹੇ ਲਿਖੇ ਲੋਕ ਸਾਰੇ ਜਾਣਦੇ ਹੋ, ਪਰ ਨੇਪਾਲ ਦੇ ਉੱਤੇ ਗੋਰੇ ਰਾਜ ਨਹੀਂ ਜੀ ਕਰ ਸਕਦੇ, ਕੇਵਲ ਇੱਕੋ ਇੱਕ ਮੁਲਕ ਹੈ ਨੇਪਾਲ ਦੇ ਉੱਤੇ, ਕਦੇ ਗੋਰਿਆਂ ਦਾ ਰਾਜ ਨਹੀਂ ਹੈ, ਜਿਸਤੀ ਪੜ੍ਹ ਕੇ ਵੇਖਣਾ ਚਾਹੀਦਾ। ਉਹ ਪਤਾ ਕੀ ਸੋਚਦੇ ਨੇ, ਉਹ ਸੋਚਦੇ ਨੇ ਇਹ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਹੈ, ਸਾਡੇ ਉੱਤੇ ਕਿਸੇ ਦਾ ਰਾਜ ਨਹੀਂ ਹੋਇਆ, ਅਸੀਂ ਆਪਣੇ ਰਾਜ ਵਿੱਚ ਅਸੀਂ ਆਪਣੇ ਵੱਲੋਂ ਕਿਤਾਬ ਰਾਜ ਕੀਤਾ, ਇਸ ਨੂੰ ਗੁਰੂ ਨਾਨਕ ਲਈ ਬਖਸ਼ਿਸ਼ ਮੰਨਦੇ ਨੇ। ਤੇ ਉਹਨਾਂ ਨੇ ਉਸ ਬਖਸ਼ਿਸ਼ ਨੂੰ ਸੰਭਾਲਣ ਵਾਸਤੇ ਕੀ ਕੀਤਾ ਵੀ ਜਿਹੜੇ ਕਰੰਸੀ ਨੋਟ ਬਣਦੇ ਨੇ ਉਹਦੇ ਉੱਤੇ ਉਹ ਜਿਹੜੀ ਖੁਣਾਵਾਂ ਦੀ ਜਾਂ ਉਹ ਪੈਰਾਂ ਦੇ ਜਿਹੜੇ ਨਿਸ਼ਾਨ ਨੇ, ਉੱਥੇ ਦਾ ਕੋਈ ਕਰੰਸੀ ਨੋਟ ਨਹੀਂ ਛਪ ਸਕਦਾ ਜਿੰਨੀ ਦੇਰ ਤੱਕ ਉਹ ਨਿਸ਼ਾਨਾ ਛਾਪੇ ਜਾਣ। ਮੈਂ ਆਪਣਾ ਯਕੀਨ ਪੂਰਾ ਕਰਨ ਵਾਸਤੇ ਸਪੈਸ਼ਲ ਤੌਰ ਉੱਤੇ ਤੁਹਾਡੇ ਨਾਲ ਕਈ ਨੇਪਾਲੀ ਕੰਮ ਕਰਦੇ ਹੋਣਗੇ, ਜਿਹੜੇ ਕੰਮ ਕਰਨ ਵਰਕ ਕਰਨ ਵਾਲੇ ਹੋ, ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਮਿਲ ਜਾਣਗੇ, ਉਹਨਾਂ ਕੋਲੋਂ ਜ਼ਰੂਰ ਅਟੈਕ ਵੇਖਣ ਦੀ ਕੋਸ਼ਿਸ਼ ਕਰਨਾ। ਮੈਂ ਆਪਣੇ ਕੋਲ ਦੋ ਨੋਟ ਰੱਖੇ ਹੋਏ ਸਨ, ਪਰ ਮੈਂ ਬਕਾਇਦਾ ਉਹਨਾਂ ਨੂੰ ਵੇਖ ਕੇ ਮੈਂ ਆਪਣੀ ਤਸੱਲੀ ਕੀਤੀ ਵੀ ਵਾਕਿਆ ਕੀ ਉਹਦੇ ਉੱਤੇ ਪੈਰਾਂ ਦੇ ਨਿਸ਼ਾਨ ਬਣੇ ਹੋਏ ਨੇ। ਪਰ ਹਿੰਦੁਸਤਾਨ ਦੇ ਅੰਦਰ ਤੁਸੀਂ ਚਲੇ ਜਾਓ ਜਿੱਥੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪ੍ਰਕਾਸ਼ ਹੋਏ ਨੇ, ਉਹਦੇ ਹੋਰ ਹੀ ਕਿਸੇ ਬਾਪੂ ਨੂੰ ਬਾਪੂ ਮੰਨ ਕੇ ਦੀਆਂ ਫੋਟੋਆਂ ਛਾਪਦੇ ਨੇ, ਗੁਰੂ ਨਾਨਕ ਸਾਹਿਬ ਦੀ ਫੋਟੋ ਛਾਪਣ ਲਈ ਉਹਨਾਂ ਦੇ ਕੋਲ ਨਾ ਤੇ ਦਿਲ ਹੈ ਤੇ ਨਾ ਹੀ ਦਿਮਾਗ ਹੈ ਤੇ ਨਾ ਹੀ ਉਹਨਾਂ ਦੇ ਕੋਲ ਇਸ ਕਿਸਮ ਦੀ ਖੁਰਾਕ ਦਿੱਤੀ ਹੈ। ਦਿਲ ਦਿਮਾਗ ਵੱਖਰੀ ਚੀਜ਼ ਹੈ, ਖੁਰਾਕ ਦਿੱਤੀ। ਸੋ ਮੇਰੀ ਕਹਿਣ ਤੋਂ ਮਰਾਦ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਇਹ ਵਚਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ, ਇਹ ਜਿੱਥੇ ਅਸੀਂ ਬੈਠੇ ਹਾਂ ਇਹ ਤੁਹਾਡੇ ਸਾਡੇ ਕਿਸੇ ਚਿੱਤ ਚੇਤੇ ਵਿੱਚ ਸੀ। ਜੇ ਕਿਸੇ ਨੂੰ ਕੋਈ ਐਸਾ ਖੁਆਬ ਆਇਆ ਹੋਵੇ ਤੁਹਾਡੇ ਵਿੱਚੋਂ ਤਾਂ ਮੈਨੂੰ ਜ਼ਰੂਰ ਦੱਸ ਕੇ ਜਾਣਾ ਵੀ ਮੈਨੂੰ ਕਿਤੇ ਖੁਆਬ ਵਿੱਚ ਐਸੀ ਗੱਲ ਆਈ ਸੀ ਵੀ ਫਲਾਣੀ ਫਲਾਣੀ ਥਾਂ ਸੀ, ਇੱਥੇ ਅਸੀਂ ਜਾ ਕੇ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੇਗੀ ਇੱਥੇ ਆਵਾਂਗੇ ਮੱਥਾ ਟੇਕਾਂ, ਨਹੀਂ ਸੀ ਨਾ ਕਿਸੇ ਦੇ, ਮੇਰੇ ਤਾਂ ਨਹੀਂ ਸੀ, ਪਰ ਤੁਹਾਡੇ ਵੀ ਮੇਰਾ ਡਰ ਨਹੀਂ ਸੀ ਕਿਸੇ ਦੇ। ਪਰ ਇੱਥੇ ਬੈਠੇ ਹਾਂ, ਸਤਿਗੁਰ ਦਾ ਪ੍ਰਕਾਸ਼ ਹੈ, ਆਉਂਦੇ ਹਾਂ ਮੱਥਾ ਟੇਕਦੇ ਹਾਂ, ਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਦਰਬਾਰ ਸਾਲਦੀਆਂ ਭਰਦੇ ਹਾਂ। ਔਰ ਮੈਂ ਅੱਜ ਹੈਰਾਨ ਹੋਇਆ, ਦੁਪਹਿਰ ਵੇਲੇ ਇੱਕ ਬੀਬੀ ਜਿਹੜੀ ਕਿ ਨਿਊਯਾਰਕ ਰਹਿੰਦੇ ਨੇ ਅਤੇ ਆਪਣੇ ਬੱਚਿਆਂ ਕੋਲ ਆਮ ਤੌਰ ਦੇ ਉੱਤੇ ਆਮਦਨ ਬਗਲੀ ਚ ਰਹਿੰਦੇ ਨੇ, ਉਹ ਆਏ ਜੀ ਵਿਚਾਰੇ ਸਭ ਸਾਰੀ ਹੋਏ ਨੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭੈਣ ਜੀ ਕੀ ਗੱਲ ਹੈ ਤੁਸੀਂ? ਕਹਿਣ ਲੱਗੇ ਗਹਿਣੀ ਜੀ ਡੇਢ ਘੰਟਾ ਹੋ ਗਿਆ ਮੈਨੂੰ ਲੱਭਦਿਆਂ 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 ਲੱਭਦਿਆਂ। ਮੈਂ ਸੋਚਿਆ ਬੱਚੇ ਪਤਾ ਨਹੀਂ ਸ਼ਾਮ ਨੂੰ ਜਾਣਗੇ ਕਿ ਨਹੀਂ ਜਾਣਗੇ, ਪਰ ਮੈਂ ਕਿਹਾ ਮੈਂ ਅੱਜ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚਣਾ ਹੀ ਪਹੁੰਚਣਾ। ਮੇਰੇ ਕੋਲ ਐਡਰੈਸ ਵੀ ਕੋਈ ਨਹੀਂ ਸੀ, ਡੈਲੀਵਰੀ ਕੋਈ ਨਹੀਂ ਸੀ,
दोवे चीजा नहीं सन। वह किश्वर पहुंचे हमने तुम मैं पंक्ति पढ़ के सुनाई है। सतगुरु चौथे पातशाह गुरु रामदास महाराज जी, जिथे जाए बहे मेरा सतगुरु सो थान सुहावा राम राजे। अगली पंक्ति की है, गुरसिखी सो थान भालिया लभना। कहने गुरसिख ने जेड़े उस थान भाल भाल के लभदे ने, भाल भाल के लभ लभ के उत्थे पहुंचते। मैं यह नहीं कहता कि सिर्फ इतने की मैं गल करता, मैं हर थान की गल करता जिथे कित भी सिख को किसी को नेड़े पता लगता मेरे गुरुद्वारा शब्द है। कित यह नहीं कि मैं इसमें इज्जत करता पाया कली नहीं, मैं सब उस स्थानों का अदब से सत्कार करता जिथे मेरा गुरु है। मेरे मन उन्होंने स्थानों के वास्ते बहुत वाला अदब से सत्कार है। इसलिए सतगुरु पातशाह जी प्रमाण करते हैं, कहते हैं गुरसिख की करते हैं, गुरसिखा की क्रिया है, गुरसिख किस तरह जीवन बतीत करते हैं वो जानते हैं, क्योंकि गुरु तो बगैर साडा जीवन नहीं चल सकता। असी गुरु के परने हो गए, असी गुरु के आसरे नाल ही अपना जीवन बतीत करते हैं। इस करके मैं सारे पासों बेनती करा यह पंक्ति मिलकर पढ़ ली, बाकी भी एतवार बाकी दिन साझी करा, बस ये पंक्तियां सारे साझी करना चाहता। फिर कीर्तन की शुरुआत की, कोई रसना थरे डबे जिसे पापा पैर थरे, जिसे पापा पैर थरे, आसन थापन सोमा, मैं उन्होंने स्थानों की गल करा जिथे बाबे ने अपने पैर किसी के हृदय तरे हुए, उन्होंने वचन साझी करने की कोशिश करा। गुरु साहिब पातशाह जी आइए सारिया संतान अपने गुरु गुरु सिखी सिद्ध रोशन की कृपाता कर सरबत माई भाई भाई अदब सत्कार सहित अनंत साहब देव पाठ से सरबत हो गए सतगुरु जी की शीस प्राप्त करने जतन कर। राम बने महिला अनंत आया तुझे जिनको से नाम
ਅੱਜ ਸੁਣੋ ਬਣਵਾ ਕੀ ਉਹ ਸਰਮ ਦਰ ਪੂਰੇ ਪਾਰ ਬਰਮ ਬ੍ਰਹਮਾਇਆ ਰੁਦਰੇ ਸ਼ਬਦ ਸੂਰੇ ਦੁਖੋ ਸੁਤਾ ਰੁਦਰੇ ਸੁਣੀ ਸੰਤ ਸਾਜਨ ਮੈਂ ਸੱਚੇ ਪੂਰੇ ਗੁਰਤੇ ਗਿਆਨੀ ਸੁਣ ਤੇ ਪੁਨਿਤ ਕਹਿਤੇ ਪਵੇ ਸਤਗੁਰ ਰਾਮ ਪੂਰੇ ਬਿਨ ਵਰਤ ਨਾਨਕ ਪੂਰ ਚਰਨ ਸਗਲ ਜਗਤ ਚੰਗੀਆਂ ਬੁਰਿਆਈਆਂ ਬਾਜੇ ਕਰਮੇ ਕਰਮੀ ਆਪੋ ਆਪਣੀ ਦੂਰ ਜਨੇ ਨਾਮ ਨਿਹਾਇਆ ਹੇਮ ਸ਼ਬਦ ਨਾਨਕ ਦੇਵ ਗੋਜ ਵਾਹਿਗੁਰੂ।